ਮੇਰੇ ਨਬੀ ਦੇ ਗੁਲਾਮ ਸੈਯਦ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਆਲਿਆ ਤਹਾਰ ਦਾ ਇਹ ਮਕਾਮ ਹੈ। ਲੇਕਿਨ ਇਸ ਦੇ ਨਾਲ ਨਾਲ ਦੂਜੀ ਗੱਲ ਹੀ ਦੱਸਾਂ, ਕੁਛ ਉਹ ਲੋਕ ਹਨ ਆਲੇ ਅਤਹਾਰ ਦੇ ਬਾਰੇ ਗਲਤ ਜੁਮਲੇ ਇਸਤੇਮਾਲ ਕਰਦੇ ਨੇ। ਖੁਦਾ ਰਾ ਕਦੇ ਹੀ ਜ਼ੁਬਾਨ ਤੇ ਅਦਬ ਤੋਂ ਗਿਰਾ ਹੋਇਆ ਲਫ਼ਜ਼ ਹਜ਼ੂਰ ਦੀ ਆਲ ਦੇ ਬਾਰੇ ਨਹੀਂ ਆਵਾਂਡੇ ਬਣਾ, ਹਜ਼ੂਰ ਦੀ ਜ਼ਾਤ ਦੇ ਬਾਰੇ ਨਾ ਆਵੇ। ਇਹ ਇੱਕ ਸਬਕ ਯਾਦ ਕਰ ਲਓ। ਅਤੇ ਦੂਸਰਾ, ਕੁਛ ਲੋਕ ਹਨ ਆਲੇ ਅਤਹਾਰ ਦੀ ਮੁਹੱਬਤ ਵਿੱਚ ਆ ਕੇ ਹਜ਼ੂਰ ਦੇ ਸਿਹਾਬਾ ਅਤੇ ਹਜ਼ੂਰ ਦੀਆਂ ਘਰ ਵਾਲੀਆਂ ਨੂੰ ਬਕਵਾਸ ਕਰਨਾ ਸ਼ੁਰੂ ਕਰ ਦਿੰਦੇ, ਗਲਤ ਜੁਮਲੇ ਆਖਣਾ ਸ਼ੁਰੂ ਕਰ ਦਿੰਦੇ। ਉਹ ਮੇਰੇ ਨਬੀ ਦੇ ਗੁਲਾਮੋ, ਅਸਾਂ ਉਹ ਨਹੀਂ ਕਿ ਜਿਹੜੇ ਆਲੇ ਅਤਹਾਰ ਨਾਲ ਮੁਹੱਬਤ ਕਰੋ ਅਤੇ ਹਜ਼ੂਰ ਦੀ ਆਲ ਦੇ ਗੁਲਾਮਾਂ ਨਾਲ ਅਤੇ ਹਜ਼ੂਰ ਦੇ ਗੁਲਾਮਾਂ ਦੇ ਖਿਲਾਫ ਗੱਲਾਂ ਕਰੋ। ਸਰਕਾਰ ਨੇ ਦੋਹਾਂ ਪਾਸੂ ਪਾਬੰਦੀ ਲਾਈਏ, ਉਡੇ ਫਰਮਾਏ ਨਾ ਉਜ਼ਕਿਰੋ ਕੋ ਮੁੱਲਾ ਹੋ ਫੀ ਆਹਲੇ ਬੈਤੀ, ਮੈਂ ਅੱਲਾ ਤੁਹਾਨੂੰ ਯਾਦ ਰਵੈਨਾ ਆਹਲੇ ਬੈਤ ਦੇ ਬਾਰੇ। ਇਦੇ ਫਰਮਾਇਆ ਅੱਲਾ ਅੱਲਾ ਫੀ ਅਸਹਾਬੀ, ਉਹ ਫਰਮਾਇਆ ਲੋਕੋ ਮੇਰੇ ਸਿਹਾਬਾ ਦੇ ਬਾਰੇ ਦੇ ਵਿੱਚ ਵੀ ਅੱਲਾ ਦੇ ਕੋਲ ਡਰੇ ਕਰੋ, ਮੇਰੇ ਸਿਹਾਬਾ ਦੇ ਬਾਰੇ ਵੀ ਅੱਲਾ ਦੇ ਕੋਲ ਡਰੇ ਕਰੋ। ਮਨ ਅਹੱਬਾ ਹੂੰ ਫਬੇ ਹੁਬੀ ਅਹੱਬਾ ਹੂੰ, ਮਨ ਅਬਗਾਦਾ ਹੂੰ ਫਬੇ ਬੁਗਦੀ ਅਬਗਾਦਾ ਹੂੰ। ਫਰਮਾਇਆ ਜਿਸ ਮੇਰੇ ਸਿਹਾਬਾ ਨਾਲ ਮੁਹੱਬਤ ਕੀਤੀ ਹੈ ਨਾ, ਉਸ ਵੀ ਮੇਰੀ ਮੁਹੱਬਤ ਦੀ ਵਜ੍ਹਾ ਤੋਂ ਕੀਤੀ ਹੈ। ਹਜ਼ੂਰ ਦੇ ਸਾਹਿਬ ਨਬੀਆ ਕੋ ਰਿਸ਼ਤਾ ਹੈ ਨਾ, ਕੌਮ ਰਲਦੀ ਨਾ ਰਿਸ਼ਤਾ ਰਲਦਾ ਨਾ ਤਾਲੋ ਕੇ ਨਾ ਕੋ ਵਾਸਤੇ, ਹਜ਼ੂਰ ਦੇ ਗੁਲਾਮ ਹਨ। ਫਰਮਾਇਆ ਮੇਰੀ ਮੁਹੱਬਤ ਦੀ ਵਜ੍ਹਾ ਤੋਂ ਮੇਰੇ ਸਿਹਾਬਾ ਦਾ ਨਾਲ ਵੀ ਮੁਹੱਬਤ ਕੀਤੀ ਕਰ। ਫਰਮਾਇਆ ਜਿਸ ਨੇ ਮੇਰੇ ਨਵਾਬਾ ਨਾਲ ਬੁਗਜ਼ ਰੱਖਾ, ਉਹ ਮੇਰੇ ਬੁਗਜ਼ ਦੀ ਵਜ੍ਹਾ ਤੋਂ ਬੁਗਜ਼ ਰੱਖੇ। ਮਨ ਆਜ਼ਾ ਹੂੰ ਫਕਤ ਆਜ਼ਾ ਨੀ, ਜਿਸ ਮੇਰੇ ਸਿਹਾਬਾ ਨੂੰ ਅਜ਼ੀਅਤ ਦਿੱਤੀ ਹੈ ਉਸ ਮੈਨੂੰ ਅਜ਼ੀਅਤ ਦਿੱਤੀ। ਉਹਨੇ ਕਿਆ ਫਰਮਾਏ ਆਪਣੀ ਆਲ ਦੇ ਬਾਰੇ, ਮਨ ਅਗਦਾਬਾ ਹੂੰ ਫਕਤ ਅਗਦਾਬਾ ਨੀ, ਜਿਹੜਾ ਇਹਨਾਂ ਨਾਰਾਜ਼ ਕੀਤਾ ਹੈ ਮੈਨੂੰ ਨਾਰਾਜ਼ ਕੀਤਾ ਹੈ, ਉੱਥੇ ਵੀ ਪਾਬੰਦੀ ਲਾ ਦਿੱਤੀ ਹੈ। ਮੇਰੀ ਆਲ ਨੂੰ ਵੀ ਨਾਰਾਜ਼ ਨਹੀਂ ਕਰਨਾ, ਇਹਦੇ ਵੀ ਪਾਬੰਦੀ ਸਰਕਾਰ ਲਾ ਦਿੱਤੀ, ਮੇਰੇ ਸਿਹਾਬਾ ਨੂੰ ਵੀ ਨਾਰਾਜ਼ ਨਹੀਂ ਕਰਨਾ, ਇਹ ਵੀ ਮੇਰੇ ਗੁਲਾਮ ਹੈ, ਇਹ ਵੀ ਮੇਰੇ ਗੁਲਾਮ ਹਨ, ਇਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ। ਮਨ ਆਜ਼ਾ ਹੂੰ ਫਕਤ ਆਜ਼ਾ ਨੀ, ਮਨ ਆਜ਼ਾ ਨੀ ਫਕਤ ਆਜ਼ ਅੱਲਾਹ, ਜਿਸ ਮੈਨੂੰ ਨਾਰਾਜ਼ ਕੀਤਾ ਉਸ ਅੱਲਾਹ ਨਾਰਾਜ਼ ਕੀਤਾ। ਯੂ ਸ਼ੇ ਕੋ ਜਾ ਖੋਜਾ ਕਰੀਬ ਇੱਕ ਅੱਲਾਹ ਉਸਨੂੰ ਪਕੜੇ ਸੀ ਲੈਸੀ। ਇਸ ਪਾਸੇ ਇਹ ਪਾਬੰਦੀ ਲਾ ਦੀ, ਲਾ ਤਸੂਬੂ ਅਸਹਾਬੀ, ਮੇਰੇ ਸਾਹਬਾ ਦੇ ਬਾਰੇ ਲਾਨਤਾਨ ਨਹੀਂ ਕਰਨਾ। ਲਾ ਤੱਤਾ ਖੇਜੂ ਅਰਦਮ ਮਿੰਬਾਦੀ, ਫਰਮਾ ਮੈਥੋਂ ਬਾਅਦ ਮੇਰੇ ਸਿਹਾਬਾ ਨੂੰ ਟਾਰਗੇਟ ਨਹੀਂ ਬਣਾਉਣਾ, ਇਹਨਾਂ ਨੂੰ ਟਾਰਗੇਟ ਨਹੀਂ ਬਣਾਉਣਾ। ਅਲਾਮਾ ਪਰਹਾਰ ਵੀ ਫਰਮਾਉਂਦੇ ਨਾ ਕਿ ਲਾ ਤੱਤਖਜ਼ੂ ਮਹੱਲਾ ਸਭਿਨ ਵਤਾਨ, ਇਹਨਾਂ ਦੇ ਉੱਤੇ ਤਾਨੋ ਤਸ਼ਨੀ ਨਹੀਂ ਕਰਨਾ, ਸਭੋ ਸ਼ਿਤਾਂ ਨਹੀਂ ਕਰਨਾ। ਇਹ ਨਬੀ ਦੇ ਸਿਹਾਬਨ ਅਤੇ ਗੁਲਾਮ ਉਹ ਮੋਮਿਨ ਉਹ ਜਿਹੜਾ ਅੱਲਾਹ ਦੇ ਨਬੀ ਦੀ ਹਰ ਚੀਜ਼ ਦੇ ਨਾਲ ਮੁਹੱਬਤ ਰੱਖੇ। ਸਰਕਾਰ ਦਾ ਨਾਂ ਆਵੇ ਝੁਕ ਜਾਵੇ, ਮਹਬੂਬੇ ਕਰੀਮ ਦੀ ਆਲੇ ਅਤਹਾਰ ਦਾ ਨਾਂ ਆਵੇ ਝੁਕ ਜਾਵੇ, ਸਰਕਾਰ ਦੇ ਸਿਹਾਬਾ ਦਾ ਜ਼ਿਕਰ ਆਵੇ ਝੁਕ ਜਾਵੇ, ਜੋ ਮੇਰੇ ਹਜ਼ੂਰ ਦੇ ਖਾਦਮ ਤੇ ਗੁਲਾਮ ਹੈ। ਇਸੇ ਵਾਸਤੇ ਆਲੇ ਅਤਹਾਰ ਨੇ ਹਮੇਸ਼ਾ ਪਹਿਲੀਆਂ ਕਿਤਾਬਾਂ ਦੇ ਅੰਦਰ ਲਿਖੇ, ਕੋਈ ਬੰਦਾ ਅਗਰ ਹਜ਼ੂਰ ਦੇ ਸਿਹਾਬਾ ਦੇ ਬਾਰੇ ਗੱਲ ਕਰੇ, ਹਾਂ ਹਜ਼ੂਰ ਦੀ ਆਲ ਉਹਨਾਂ 'ਤੇ ਨਾਰਾਜ਼ ਹੋ ਰਹਿੰਦੇ ਹਨ, ਕਿਉਂ ਇਹਨਾਂ ਸਾਡੇ ਨਾਨੇ ਨਾਲ ਵਫਾ ਕੀਤੀ ਹੈ, ਇਹਨਾਂ ਸਾਰੇ ਨਾਨੇ ਦੀ ਗੁਲਾਮੀ ਦਿੱਤੀ ਹੈ। ਅਤੇ ਜਿਹੜੀ ਔਲਾਦ ਲੱਜੀ ਹੁੰਦੀ ਹੈ ਨਾ, ਉਹ ਆਪਣੇ ਮਾਂ ਪਿਓ ਦੇ ਨਾਲ ਤਲੋਕ ਰੱਖਣ ਵਾਲੇ ਆਵਾ ਅਜਦਾਦ ਦੇ ਨਾਲ ਗੁਲਾਮੀ ਅਤੇ ਨਿਸਬਤ ਅਤੇ ਦੋਸਤੀਆਂ ਦੇ ਬਾਵਣ ਵਾਲਾਂ ਦਾ ਵੀ ਖਿਆਲ ਕਰ। ਇਸ ਵਾਸਤੇ ਮੇਰੇ ਨਬੀ ਦੇ ਗੁਲਾਮੋ, ਇਹ ਚੀਜ਼ਾਂ ਹਜ਼ੂਰ ਸਾਨੂੰ ਸਿਖਾ ਗਏ। ਇਹ ਸਾਰੇ ਇਤਕਾਦਾਤ ਔਰ ਅਕਾਇਦ ਦੇ ਅੰਦਰ ਅੱਜ ਇਸ ਦੌਰ ਵਿੱਚ ਇੱਕ ਫਸਾਦ ਬਰਪਾ ਕੀਤਾ ਜਾ ਰਿਹਾ, ਗੈਰ ਮੁਲਕਾਂ ਤਰਫੋਂ ਇੱਕ ਸਾਜ਼ਿਸ਼ ਅਤੇ ਲਹਿਰ ਮੁਲਕ ਦੌੜੀ, ਆਲਮੀ ਸਤਾ 'ਤੇ ਦੌੜੀ। ਪਿੱਛੇ ਮਗਰਬੀ ਕੁਵਤਾਂ ਹਨ, ਪਹਿਲੇ ਵੀ ਐਸਾ ਹੋਇਆ, ਸਲਤਨਤ ਉਸ ਤਬਸਮਾਨੀਆਂ ਦੇ ਹਿੱਸੇ ਵੱਖਰੇ ਕਰ ਦਿੱਤੇ ਗਏ, ਮੁਸਲਮਾਨ ਸਲਤਨਤਾਂ ਟੁਕੜੇ ਟੁਕੜੇ ਕੀਤਾ, ਸ਼ੀਆ ਸੁੰਨੀ ਲੜਾ ਦਿੱਤੇ ਗਏ, ਫਿਤਨਾ ਅਤੇ ਫਸਾਦ ਬਰਪਾ ਕੀਤਾ ਗਿਆ। ਕੋਈ ਆਲੇ ਅਤਹਾਰ ਦਾ ਨਾਂ ਗਿਣ ਕੇ ਤਲਵਾਰਾਂ ਗਿਣ ਕੇ ਆ ਗਏ, ਕੋਈ ਸਿਹਾਬਾ ਦਾ ਨਾਂ ਗਿਣ ਕੇ ਤਲਵਾਰਾਂ ਗਿਣ ਕੇ ਆ ਗਏ। ਮੇਰੇ ਨਬੀ ਦੇ ਗੁਲਾਮੋ, ਮੁਸਲਮਾਨ ਸੱਚਾ ਉਹ ਇੱਕ ਹੱਥ 'ਚ ਹਜ਼ੂਰ ਦੀ ਆਲ ਦੀ ਮੁਹੱਬਤ ਥਾਂਵੇ ਹੋਏ, ਦੂਜੇ ਹੱਥ 'ਚ ਹਜ਼ੂਰ ਦੇ ਅਜ਼ਾਬ ਦੀ ਮੁਹੱਬਤ ਥਾਂਵੇ ਹੋਏ। ਇਹ ਸਾਡੇ ਬਜ਼ੁਰਗਾਂ ਦਾ ਤਰੀਕਾ। 14 ਸਦੀਆਂ ਦੇ ਔਲੀਆਏ ਕਿਰਾਮ ਦੀ ਤਾਰੀਖ ਪੜ੍ਹੋ, ਸਰਕਾਰੇ ਗੋਲੜਾ ਦੀਆਂ ਤਾਲੀਮਾਂ ਪੜ੍ਹੋ, ਪੀਰ ਪਠਾਨ ਦੀਆਂ ਤਾਲੀਮਾਂ ਪੜ੍ਹੋ, ਪੀਰ ਸਵਾਗ ਅਤੇ ਪੀਰ ਸਿਆਲ ਦੀਆਂ ਤਾਲੀਮਾਂ ਪੜ੍ਹੋ,
خواجہ ہند الولی تے حضرت غوث جلی دیا تعلیمات پڑھو، سب یہ سبق لیندے چلے گئے، سارے یہ سبق پڑھیندے چلے گئے۔ کامیاب اس فتنہ پرور دور وچ اج بھی وہ ہے جڑا دوئیں سے طریقے اپنے سلامت رکھے، دوئیں پہلو اپنے کامیاب رکھے۔ میرے پیارے حبیب دے پیارے غلاموں، انج نہ تھیوے کہ زبان کتھائیں حضور دی آل دے بارے کھل جاوے، وہ بھی غلط ہے۔ کتھائیں حضور دے صحابہ دے بارے کھل جاوے، وہ بھی غلط ہے۔ اساں بہت چھوٹے لوگ آئے، بہت بڑے لوگ ہیں۔ اگر کوئی نہ آپس دے وچ کدی کوئی اختلاف ہوئے تو اللہ رضا محبوب ہوں کیسے، نوکر دا کیا کام ہے شاہ بادشاہاں دی آل دے درمیان من کے گلاں کرے۔ اور میرے نبی دے غلاموں، اسی بہت چھوٹے لوگ آئے، اتھے زبان درازی کرنے دی اجازت نہیں۔ آج ایسے حالات ہو گئے، نیٹ کھولو، جڑے بچے استعمال کر دیں سوشل میڈیا دوتے، کوئی حضور دی آل دے بارے غلط جملے آ کرے، کوئی حضور دی صحاب دے بارے بکواس کر رہے۔ خدا را میرے نبی دے غلاموں، ولیاں دے نال محبت کرنے والو، اسی بھی ولیاں دے غلام ہیں، اساں بھی یہ سبق سکھے، یہ چیز پڑھ کے آئے ہیں، یہ کتاب حدیث دے اندر ملی ہے، یہ مورخین بزرگان دین دے اقوال 14 صدیاں تے اولیاء دی سیرت وچ ملی ہے۔ ایک طرف آل رسول دا دامن تھامنا ہے، دوجے طرف حضور دے اصحاب دا دامن تھامنا ہے۔ اس دے درمیان چل کے کامیابی دی راہ تے منزلاں نوں طے کرنا ہے۔